ਕੁਝ ਨਾਮੀ ਲੋਕਾਂ ਵੱਲੋਂ ਨਕਲੀ ਡਾਕੂਮੈਂਟ ਦੇ ਕੇ ਬੈਂਕ ਕੋਲੋਂ ਕਰੀਬ 2 ਕਰੋੜ ਤੋਂ ਵੱਧ ਲੋਨ ਲੈ ਕੇ ਵਾਪਸ ਨਹੀਂ ਦਿੱਤਾ ਜਿਸ ਤੋਂ ਬਾਅਦ ਬੈਂਕ ਮੈਨੇਜਰ ਵੱਲੋਂ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਜਾਂਚ ਤੋਂ ਇਹ ਪਾਇਆ ਗਿਆ ਹੈ ਕਿ ਬੈਂਕ ਨਾਲ ਨਕਲੀ ਡਾਕੂਮੈਂਟ ਬਣਾ ਕੇ ਕੁੱਲ 5 ਲੋਕਾਂ ਵੱਲੋਂ ਠੱਗੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਅਜੇ ਸ਼ੰਕਰ ਪੁੱਤਰ ਮੂਲਰਾਜ ਸਰੀਤਾ ਕੁਮਾਰੀ ਪਤਨੀ ਗੌਰੀ ਸ਼ੰਕਰ ਫੈਕਟਰੀ ਮੁਹੱਲਾ ਗੁਰਦਾਸਪੁਰ ਜਸਵਿੰਦਰ ਸਿੰਘ ਹਰਪ੍ਰੀਤ ਸਿੰਘ ਢਿੱਲੋਂ ਅਸ਼ਵਨੀ ਕੁਮਾਰ ਅਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ SHO ਥਾਣਾ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਇੱਕ ਸ਼ਿਕਾਇਤ ਆਈ ਸੀ ਜਿਸ ਦੀ ਜਾਂਚ ਤੋਂ ਬਾਅਦ ਬੈਂਕ ਨਾਲ ਠੱਗੀ ਕਰਨ ਵਾਲੇ ਕੁੱਲ 5 ਲੋਕਾਂ ਦੇ ਮੁਕੱਦਮਾ ਦਰਜ ਹੋਇਆ ਜਿਨ੍ਹਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਏਰੀ ਮੁਕਦਮਾ 109 ਮਿਤੀ 22/5/22 ਨੂੰ SP ਦੀ ਇਨਕੁਆਇਰੀ ਉੱਪਰ ਅਜੇ ਕੁਮਾਰ ਅਤੇ ਸਰਤਾ ਕੁਮਾਰੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ 420 467 468 471 170 170 ਹਾਂਜੀ ਪਹਿਲਾਂ ਵੀ ਮੁਕਦਮੇ ਦਰਜ ਨੇ ਜੀ 420 ਦੇ ਇਹ ਜੀ ਮੁਕਦਮਾ 109 ਮਿਤੀ 22/5/22 ਨੂੰ SP ਦੀ ਇਨਕੁਆਇਰੀ ਉੱਪਰ ਅਜੇ ਕੁਮਾਰ ਅਤੇ ਸਰਤਾ ਕੁਮਾਰੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ 420 467 468 471 168 170 ਹਾਂਜੀ ਪਹਿਲਾਂ ਵੀ ਮੁਕਦਮੇ ਦਰਜ ਨੇ ਜੀ 420 ਦੇ